ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਲੈਮਕਿਨ ਇੰਡੀਆ ਦੇ ਪ੍ਰੋਡਕਟਸ ਬਾਰੇ, ਜੋ ਕਿ ਬੋਰੋਨ ਸਟੀਲ ਤੇ ਜਰਮਨ ਟੈਕਨੋਲੋਜੀ ਦੇ ਨਾਲ ਬਣੇ ਹੋਏ ਪ੍ਰੋਡਕਟ ਨੇ, ਜਿਵੇਂ ਕਿ ਹਾਈਡ੍ਰੋਲਿਕ ਰਿਵਰਸੀਬਲ ਪਲਾਓ, ਅਕਾਟ ਕਲਟੀਵੇਟਰ, ਪਾਵਰ ਹੈਰੋ, ਜਿਨ੍ਹਾਂ ਦੀ ਵਰਤੋਂ ਕਰਕੇ ਸਾਡੇ ਕਿਸਾਨ ਵੀਰਾਂ ਨੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾ ਕੇ ਆਪਣੀ ਫਸਲ ਤੋਂ ਵੱਧ ਮੁਨਾਫਾ ਕਮਾਇਆ। ਪਰ ਜਿਹੜੀ ਅੱਜ ਕੱਲ੍ਹ ਦੀ ਇੱਕ ਮੁੱਖ ਸਮੱਸਿਆ ਸੀ ਪਰਾਲੀ ਨੂੰ ਸਾੜਨ ਦੀ, ਉਸਦਾ ਵੀ ਬਹੁਤ ਜ਼ਬਰਦਸਤ ਹੱਲ ਕੱਢਿਆ ਲੈਮਕਿਨ ਇੰਡੀਆ ਨੇ, ਜਿਵੇਂ ਕਿ ਹਾਈਡ੍ਰੋਲਿਕ ਰਿਵਰਸੀਬਲ ਪਲਾਓ। ਇਸ ਦੇ ਨਾਲ ਕਿਸਾਨ ਵੀਰਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਕੁਤਰਾ ਕਰਕੇ ਲੈਮਕਿਨ ਪਲਾਓ ਦੇ ਨਾਲ ਜ਼ਮੀਨ ਵਿੱਚ ਦੱਬ ਦਿੱਤਾ, ਜੋ ਕਿ ਬਾਅਦ ਵਿੱਚ ਕੰਪੋਸਟ ਬਣ ਜਾਂਦਾ ਹੈ, ਜਿਸ ਦੇ ਨਾਲ ਕੋਈ ਵੀ ਨੁਕਸਾਨ ਨਹੀਂ ਹੁੰਦਾ ਅਤੇ ਇਸ ਦੇ ਫਾਇਦੇ ਬਹੁਤ ਨੇ। ਲੈਮਕਿਨ ਇੰਡੀਆ ਦੇ ਉਤਪਾਦਾਂ ਦੀ ਵਰਤੋਂ ਕਰਕੇ ਕਈ ਕਿਸਾਨ ਵੀਰਾਂ ਨੇ ਫਾਇਦਾ ਚੁੱਕਿਆ, ਜਿਨ੍ਹਾਂ ਦੇ ਵਿੱਚੋਂ ਇੱਕ ਕਿਸਾਨ ਵੀਰ ਸ਼੍ਰੀ ਰਤਨ ਲਾਲ ਜੀ, ਜੋ ਕਿ ਪਿੰਡ ਆਲਮਗੜ੍ਹ ਅਬੋਹਰ ਦੇ ਰਹਿਣ ਵਾਲੇ ਨੇ। ਲੈਮਕਿਨ ਇੰਡੀਆ ਦੇ ਉਤਪਾਦਾਂ ਬਾਰੇ ਇਹਨਾਂ ਦੇ ਕੀ ਵਿਚਾਰ ਨੇ, ਆਓ ਸੁਣਦੇ ਹਾਂ। ਮੈਂ ਰਤਨ ਲਾਲ, ਸਾਬਕਾ ਸਰਪੰਚ ਆਲਮਗੜ੍ਹ ਦਾ ਰਹਿਣ ਵਾਲਾ ਤੇ ਮੇਰੇ ਪਰਿਵਾਰ ਕੋਲ ਤਕਰੀਬਨ 70-80 ਏਕੜ ਜ਼ਮੀਨ ਹੈ। ਪਿਛਲੇ 3 ਸਾਲ ਤੋਂ ਮੈਂ ਲੈਮਕਿਨ ਦੇ ਪਲਾਓ ਲਏ, ਨਿਊ ਹੋਲੈਂਡ ਟਰੈਕਟਰ ਲਿਆ। ਕਾਰਨ ਇਹ ਸੀਗਾ, ਸਾਡਾ ਸੇਮੀ ਏਰੀਆ ਹੋਣ ਕਰਕੇ ਕਲਰ ਸਾਡੇ ਉੱਪਰ ਆ ਰਿਹਾ ਸੀਗਾ। ਉਸ ਤੋਂ ਪਹਿਲਾਂ ਵੀ ਅਸੀਂ ਕੋਸ਼ਿਸ਼ ਕਰਦੇ ਸੀ ਵੀ ਝੋਨੇ ਦੀ ਜਿਹੜੀ ਉੱਪਰਲੀ ਸਟਰਾਅ ਜਿਹਨੂੰ ਕਹਿੰਦੇ ਹੈ, ਉਹਨੂੰ ਮੈਂ ਕਦੇ ਅੱਗ ਨਹੀਂ ਲਾਈ ਅੱਜ ਤੱਕ। ਉਹਨੂੰ ਹਮੇਸ਼ਾ ਕਟਰ ਨਾਲ, ਮਲਚਰ ਨਾਲ ਕਰਕੇ ਅਤੇ ਉਲਟਾ ਪੁਲਟੀ ਕਰਦੇ ਸੀਗੇ। ਅੱਜ ਜਦੋਂ ਦਾ ਲੈਮਕਿਨ ਦੇ ਪਲਾਓ ਆਏ, ਆ ਪਿਛਲੇ 3 ਸਾਲ ਤੋਂ ਮੈਂ ਲਗਾਤਾਰ ਇਹ ਯੂਜ਼ ਕਰ ਰਿਹਾ। ਇੱਕ ਵਾਰੀ ਕਟਰ ਮਾਰ ਕੇ, ਉਹਦੇ ਬਾਅਦ ਮਲਚਰ ਮਾਰ ਕੇ, ਉਹਦੇ ਬਾਅਦ ਪਲਾਓ ਨਾਲ ਸਾਰਾ ਕੁਛ ਦੱਬਿਆ ਜਾਂਦਾ ਹੈ ਥੱਲੇ। ਦਬਾਉਣ ਦੇ ਬਾਅਦ ਪਾਣੀ ਲਾ ਕੇ ਅਤੇ ਅਸੀਂ ਕਣਕ ਦੀ ਬਿਜਾਈ ਕਰਦੇ ਹਾਂ। ਕਣਕ ਦੀ ਬਿਜਾਈ ਨਾਲ ਪਿਛਲੇ, ਪਹਿਲਾਂ ਜਦੋਂ ਦੇ ਇਹ ਪਲਾਓ ਕਰਨ ਲੱਗੇ ਆ, ਉਸ ਤੋਂ ਪਹਿਲਾਂ ਦੋ ਤੋਂ ਹੁਣ ਤੋਂ ਸਾਡਾ ਕੋਈ 2-3 ਕੁਇੰਟਲ ਝਾੜ ਕਣਕ ਦਾ ਵੱਧ ਆਉਂਦਾ ਹੈ। ਮੈਂ ਨਰਮੇ ਦੀ ਖੇਤੀ ਵੀ ਕਰਦਾ ਹਾਂ, ਮੈਂ ਗੰਨੇ ਦੀ ਖੇਤੀ ਵੀ ਕਰਦਾ ਹਾਂ। ਹੁਣ ਤੁਸੀਂ ਆਹ ਦੇਖ ਰਹੇ ਹੋ, ਇਸ ਪਾਸੇ ਜਿੱਥੇ ਆਹ ਪਲਾਓ ਨਾਲ ਜਿਹੜੀ ਦੱਬੀ ਹੋਈ ਆ, ਆਹ ਕਣਕ ਤੁਹਾਡੇ ਸਾਹਮਣੇ ਹੈ। ਬਿਲਕੁਲ ਜਰਮੀਨੇਸ਼ਨ ਵੀ ਬਹੁਤ ਅੱਛੀ ਹੁੰਦੀ ਹੈ, ਇੱਕੋ ਸਾਰ ਰੰਗ ਵੀ ਸਾਰੇ ਦਾ ਲਸ਼ ਗ੍ਰੀਨ ਹੈ ਅਤੇ ਸਾਰੀ ਇੱਕੋ ਵਰਗੀ ਕਣਕ ਹੈ। ਕਾਰਨ ਇਹ ਹੈ ਵੀ ਜਿਹੜਾ ਇਹ ਥੱਲੇ ਦਬਾਉਂਦੇ ਹਾਂ, ਜਿਹੜੀ ਸਟਰਾਅ, ਜਿਹੜੀ ਪਰਾਲੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਨਾਲ ਕੀ ਹੈ ਵੀ ਜਿਹੜੀ ਔਸਤ ਦਾ ਫਰਕ ਪਿਆ ਹੈ, ਜ਼ਮੀਨ ਦੀ ਤਾਕਤ ਦਾ ਕਾਫੀ ਫਰਕ ਪਿਆ ਹੈ। ਆਹ ਪਹਿਲਾਂ ਸਾਡੇ ਇੱਥੇ ਚਿੱਟਾ ਕਲਰ ਹੁੰਦਾ ਸੀਗਾ, ਜਦੋਂ ਦਾ ਅਸੀਂ ਡੀਪ ਲੋਅ ਕਰਕੇ ਅਤੇ ਪਾਣੀ ਲਾਉਂਦੇ ਹਾਂ ਤਾਂ ਜਿੰਨੇ ਜਿਹੜੇ ਸਾਲਟਸ ਜਿਹੜੇ ਉੱਪਰ ਆਉਣ ਦੀ ਕੋਸ਼ਿਸ਼ ਕਰਦੇ ਹੈ, ਉਹ ਪਾਣੀ ਦੇ ਨਾਲ ਸਾਰੇ ਜ਼ਮੀਨ ਦੇ ਵਿੱਚ ਥੱਲੇ ਚਲੇ ਜਾਂਦੇ। ਉਹਦੇ ਨਾਲ ਕੀ ਹੁੰਦਾ ਹੈ ਵੀ ਜਿਹੜੀ ਘਾਤਕ ਜਾਂ ਜਿਹੜੀ ਨੁਕਸਾਨਦੇਹ ਜਿਹੜੀ ਚੀਜ਼ਾਂ ਹੁੰਦੀਆਂ ਹੈ, ਉਹ ਥੱਲੇ ਜਾਣ ਕਰਕੇ ਇਹਦਾ ਸਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਗਾ। ਸਾਡੇ ਕੋਲ ਇੱਕੋ ਹੀ ਆਪਸ਼ਨ ਸੀ, ਡੀਪ ਲੋਅ ਕਰੀਏ, ਡੀਪ ਲੋਅ ਕਰਕੇ ਅਤੇ ਉਹਨੂੰ ਅਸੀਂ ਬਿਜਾਈ ਕਰੀਏ, ਤਾਂ ਕਿ ਸਾਡੇ ਜਿਹੜੇ ਦੁਸ਼ਮਣ ਸਾਲਟ ਹੈ ਜਾਂ ਜਿਹੜੇ ਮਾੜੇ ਸਾਲਟ ਹੈ, ਉੱਪਰ ਆ ਕੇ ਸਾਡੀ ਖੇਤੀਬਾੜੀ ਨੂੰ ਨੁਕਸਾਨ ਨਾ ਕਰਨ। 3-4 ਸਾਲ ਪਹਿਲਾਂ ਸਾਡੀ ਜ਼ਮੀਨਾਂ ਖਰਾਬ ਹੋ ਗਈਆਂ ਸੀ, ਜਦੋਂ ਜ਼ਮੀਨ ਵਾਹੁੰਦੇ ਸੀਗੇ, ਬਾਰਿਸ਼ ਆ ਜਾਂਦੀ ਸੀ, ਪਾਣੀ ਲਾਉਂਦੇ ਸੀ, ਕਿੰਨੇ ਦਿਨ ਪਾਣੀ ਸੁੱਕਦਾ ਨਹੀਂ ਸੀਗਾ, ਪਾਣੀ ਨਾ ਸੁੱਕਣ ਨਾਲ ਫਸਲਾਂ ਦਾ ਜਿਹੜਾ ਰੰਗ ਹੈ ਉਹ ਪੀਲਾ ਹੋ ਜਾਂਦਾ ਸੀਗਾ। ਪੀਲਾ ਹੋਣ ਕਰਕੇ ਕੁਦਰਤੀ ਗੱਲ ਹੈ, ਤੁਸੀਂ ਤਾਂ ਆਪ ਸਾਰੇ ਜ਼ਮੀਨਦਾਰ ਸਮਝਦੇ ਆ ਵੀ ਪੀਲੀ ਹੋਣ ਕਰਕੇ ਝਾੜ ਵੀ ਘੱਟ ਆਉਂਦਾ ਸੀਗਾ, ਖਰਚਾ ਉਨਾ ਹੀ ਲੱਗਦਾ ਸੀਗਾ ਪਰ ਬਾਹਰੋਂ ਕੁਛ ਨਹੀਂ ਨਿਕਲ ਕੇ ਆਉਂਦਾ ਸੀਗਾ। ਅਤੇ ਹੁਣ ਜਦੋਂ ਦਾ ਆਹ ਅਸੀਂ ਆਹ ਲੈਮਕਿਨ ਯੂਜ਼ ਕਰਨ ਲੱਗੇ ਹਾਂ, ਮੇਰੇ ਕੋਲ ਪਾਵਰ ਹੈਰੋ ਵੀ ਹੈ, ਮੇਰੇ ਕੋਲ ਅਕਾਟ ਵੀ ਹੈ, ਮੇਰੇ ਕੋਲ ਪਲਾਓ ਵੀ ਹੈ, ਤਿੰਨੇ ਅਸੀਂ ਯੂਜ਼ ਕਰਦੇ ਹਾਂ। ਬਾਕੀ ਜਿਹੜੇ ਪੁਰਾਣੇ ਸੰਦ ਸੀ ਉਹ ਮੈਂ ਸਾਰੇ ਵੇਚਤੇ, ਜਦੋਂ ਦੇ ਇਹ ਸੰਦ ਆਏ ਉਹ ਅਸੀਂ ਸਾਨੂੰ ਕਦੇ ਜੋੜਨੇ ਨਹੀਂ ਪੈਂਦੇ। ਅੱਛਾ, ਕੁਝ ਜ਼ਿਆਦਾ ਖਰਚਾ ਵੀ ਨਹੀਂ ਗਾ, ਪਰ ਜਿਹੜਾ ਖਰਚਾ ਆਮ ਜ਼ਮੀਨਦਾਰ ਸਮਝਦਾ ਵੀ ਇਹ ਖਰਚਾ ਬਹੁਤ ਜ਼ਿਆਦਾ ਲੱਗਦਾ, ਉਹਦਾ ਤੁਹਾਡਾ ਸਾਰਾ 1 ਸਾਲ 'ਚ ਹੀ ਪੂਰਾ ਹੋ ਜਾਣਾ। ਆਹ ਹੁਣ ਤੁਸੀਂ ਦੇਖ ਸਕਦੇ ਹੋ ਵੀ ਆਹ ਇਸ ਪਾਸੇ ਆ ਦੱਬੀ ਹੋਈ ਹੈ ਝੋਨੇ ਦੀ ਪਰਾਲੀ, ਆਹ ਦੂਸਰੇ ਪਾਸੇ ਜਿੱਥੇ ਆਹ ਪਰਾਲੀ ਨਹੀਂ ਦੱਬੀ ਹੋਈ, ਆਹ ਕਣਕ ਦੇਖ ਲਓ ਤੁਸੀਂ। ਆਹ ਤਕਰੀਬਨ 1 ਹਫ਼ਤੇ ਦਾ ਫਰਕ ਹੈ ਬਿਜਾਈ ਦਾ, ਇਹਦਾ ਇਹਦੀ ਰੰਗਤ ਦਾ ਦਿਨ ਰਾਤ ਦਾ ਫਰਕ ਤੁਹਾਨੂੰ ਸਾਹਮਣੇ ਨਜ਼ਰ ਆਉਂਦਾ ਹੈ। ਹੁਣ ਮੈਂ ਤਾਂ ਸਾਰੇ ਜ਼ਮੀਨਦਾਰ ਭਰਾਵਾਂ ਨੂੰ ਇਹੀ ਬੇਨਤੀ ਕਰੂੰਗਾ ਵੀ ਡੀਪ ਪਲੋਇੰਗ ਤੋਂ ਇਲਾਵਾ ਤੇ
सेम की समस्या नाल घुलन तो अलाव दे वास्ते ये लैमकिन दे जिहड़े पलाओ है रिवर्सिबल इस तो चंगा कोई हल नहीं फिलहाल दे अज दे दिन नजर नहीं आता। पहला मैं तुहानू कणक दा झोने वाला खेत दिखाया सीगा आ सामने तुहाडे आ गन्ना मैं बीजा है पहला भी गन्ना बीजते होंदे सीगे पर कुछ ज़्यादा प्रॉपर झाड़ ना मिलन कारण असी बंद करता। आ पिछले साल दो साल तो जो लैमकिन आए तो आ जमीन तैयार करने तो पहला मैं सारी जमीन पहला पलोग किया पलोग करके ते इहदे विच गोबर की खाद पाई गोबर की खाद पा के ते इहनू असी पानी ला के जमीन तैयार की गोबर की खाद जदों पा के ते जमीन मिक्सिंग का टाइम सीगा ते की किया आ पावर हैरो पिया पावर हैरो नाल सारी खाद मिक्स की उस बाद पानी लाया तो गन्ना की बिजाई असी कोई 10 तो लैके 15-16 मार्च तक 5-6 दिन च 10 किले गन्ने की बिजाई की। आ हुण सामने तुसीं क्रॉप देख रहे हो आ 99,003 वरायटी बीजी है तो हल हुण शुरू किया गन्ना मिल जाना देखो हुण झाड़दा तो मैं नहीं कह सकता किन्ने क्विंटल आंदा है पर यह मेरे ख्याल च 500 क्विंटल तो उपर बैठेगा। कारण यह है भी ये डीपलोइंग होण करके घा भी नहीं होया घा ना होण करके प्रॉपर वीड्स दी असी कोई ये नहीं भी असी कोई स्प्रे की असी कुछ नहीं किया घा ना होण करके गन्ने की जिहड़ी जर्मीनेशन है वह चंगी हुई तो गन्ने की जिहड़ी ग्रोथ है वह भी काफ़ी प्रॉपर तो अच्छी हुई। मन मेरा पूरा खुश है इस गल तो भी झाड़ रहा हूँ रब जाने ये सारा कट्टे ही पता लगेगा पर काफ़ी अच्छा झाड़ निकलूगा। आ तुहाडे सामने गन्ना खड़ा है जिहड़ा सारा सीधा खड़ा है बिल्कुल इहनू एक बारी दो बारी असी बना भी दिता तो गन्ने वास्ते भी मैं समझदा भी ये जो जिन्ना उपर जाता है थले भी जड़ां नू फैलन वास्ते उन्नी थां चाहीदी है कोई भी दरखत होवे कोई भी पेड़ होवे कोई भी फसल होवे जिवें इहदी थले जड़ां जिहड़ी है वह पोले थां च मजबूत थां च जो रहणगियां डूंघियां जाणगियां तां ही उपर जाके गन्ने का कद जिहड़ा है वह वधेगा। आ पलाओ की कुछ 16-17 इंच पलाओ मारिया सी पलाओ मार के उत्ते लैवलर लेजर मार के ट्रालियां गोबर दी पाइया खाद दियां ते खाद नू मिक्सिंग करन वास्ते असी पहला जिवें रोटोवेटर यूज कीते सी करदे सी नहीं कीता असी पावर हैरो दा इस्तेमाल कीता 8-9 इंच गहरा जाके ते इहने मिट्टी नू बिल्कुल बारीक शक्कर वर्गी बनाती ते नरम मिट्टी बनन नाल जिहड़ी गन्ने दी जिहड़ी जड़ां सीगियां ओह उन्नियां ही डीप तक जमीन च धरती च गईयां ते उसे कारण ही इहदी इह ग्रोथ जिहड़ी है इन्नी सोहणी ग्रोथ गन्ना लै पाया।